ਕਿਉਂਕਿ ਤੁਸੀਂ ਕੋਈ ਮਰਿਆਦਾ 'ਚ ਨਹੀਂ ਚੱਲਦਾ, ਕੋਈ ਮਰਿਆਦਾ 'ਚ ਪਾਠ ਨਹੀਂ ਕਰਾਉਂਦਾ, ਕੋਈ ਕੇਸੀ ਨਾ ਕੇ ਰਾਜੀ ਨਹੀਂ ਹੈ, ਸਭ ਮਰਿਆਦਾ ਤੋਂ ਹੀ ਡਰਦੇ ਆ। ਇਹ ਇੱਕ ਬੰਦਾ ਕਹਿੰਦਾ ਵੀ ਮੈਂ ਤਾਂ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਦਾ, ਬੜੀ ਪੁਰਾਣੀ ਗੱਲ ਹੈ। ਮੈਂ ਕੀ ਕਹਿੰਦਾ, ਬੜੀ ਮੌਜ ਆ ਯਾਰ, ਮਾੜੀ ਮੋਟੀ ਪੱਗ ਸ਼ੱਗ ਵੀ ਲਾਇਆ ਕਰਾਂਗੇ, ਨਾਲ ਮੀਟ ਵੀ ਖਾ ਲਾਂਗੇ, ਝਟਕਾ ਤੁਹਾਨੂੰ ਕਹਿੰਦੇ। ਕਹਿੰਦੇ ਆਹ ਟਕਸਾਲ ਵਾਲੇ ਜਿਹੜੇ ਇਹ ਕਹਿਣਗੇ ਐਂ ਕਰੋ ਐਂ ਕਰੋ, 200 ਪੰਗੇ ਨੂੰ ਫਸਾਉਂਦੇ ਆ। ਕਹਿੰਦੇ ਸ਼੍ਰੋਮਣੀ ਕਮੇਟੀ ਤਾਂ ਕਿਰਪਾਨ ਲਾ ਕੇ ਸਿਰਹਾਣੇ ਵੀ ਰੱਖ ਲਈ, ਇਹ ਨਹੀਂ ਰੱਖਣ ਦਿੰਦੇ ਹੈ। ਇਸ ਕਰਕੇ ਵੀ ਜਿੰਨੀ ਮਰਿਆਦਾ, ਦੇਖੋ ਮੈਂ ਇੱਕ ਉਦਾਹਰਣ ਦਿੰਦਾ, ਮੈਂ ਬਹੁਤ ਥਾਵਾਂ ਦਿੱਤੀਆਂ, ਭਾਵੇਂ ਕਥਾ ਲੈ ਸਾਡੀ ਲਾਈ ਵੀ ਜਾਂਦੀ ਹੁੰਦੀ ਹੈ, ਪਰ ਇਹ ਨਵੀਂ ਸੰਗਤ ਹੈ। ਇੱਕ ਵਾਰ ਅਸੀਂ ਗੱਡੀ ਜਾਈਏ, ਗੱਡੀ ਤੁਰੇ ਨਾ ਖੱਡੇ, ਇੰਨੇ ਸੜਕ 'ਚ ਐਂ ਫਸ ਜੇ, ਕਦੇ ਐਂ ਟੋ, ਅੱਧਾ ਅੱਧਾ ਟਾਇਰ ਬੜੇ ਖੱਡਿਆਂ 'ਚ, ਇੱਕਦਮ ਦਿਮਾਗ ਨੇ ਕੰਮ ਕੀਤਾ, ਉਦਾਹਰਣ ਫੁਰ ਗਈ ਵੀ ਗੱਡੀ ਤਾਂ ਮਨਾ ਕਿ 6 ਕਰੋੜ ਦੀ ਵੀ ਆਉਂਦੀ ਹੈ, ਅੰਬਾਨੀ ਹੋਣਾ ਕੋਈ 10-10 ਕਰੋੜ ਦੀਆਂ ਗੱਡੀਆਂ, ਅਮਰੀਕਾ ਦੇ ਰਾਸ਼ਟਰਪਤੀ ਕੋਲ ਕੋਈ ਮੰਤਰੀ ਇਹੋ ਜਿਹੀ ਗੱਡੀ, ਭਾਵੇਂ ਬੰਬ ਮਾਰੋ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ, ਇੰਨੀ ਵਧੀਆ ਗੱਡੀ ਹੈ। ਪਰ ਜੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਾਂ ਇੱਥੇ ਵਾਲੀਆਂ ਸੜਕਾਂ 'ਤੇ ਉਹਦੀ ਕਹੀ ਗੱਡੀ ਭਜਾ ਲਿਆ, ਇੱਥੇ ਉਹ ਤੋਂ ਵੀ ਨਹੀਂ ਭੱਜਣੀ, ਕਿਉਂ? ਸੜਕ ਨਹੀਂ ਵਧੀਆ। ਵਧੀਆ ਸੜਕ ਹੋਵੇ ਨਾ, ਜਿਹੜੀ ਹੁਣ ਹਾਈਵੇ ਨਵੇਂ ਸਰਕਾਰ ਨੇ ਬਣਾਏ ਨੇ ਆ ਹੁਣੇ, ਜੇ ਤੁਸੀਂ ਲੈ ਸਾਈਕਲ 'ਤੇ ਭਾਵੇਂ ਜਿੱਥੇ ਮਰਜ਼ੀ ਚਲੇ ਜਾਓ, ਸਾਈਕਲ 'ਤੇ ਹੀ ਮੌਜ ਹੋ ਜਾਊ, ਘੜੁੱਕਾ ਵਧੀਆ ਚੱਲ ਪਊ, ਇੱਥੇ ਤਾਂ ਭਾਵੇਂ ਕੁਛ ਵੀ ਚਲਾ ਲਓ, ਭਾਵੇਂ ਗੱਡਾ ਲੈ ਕੇ ਚਲੇ ਜਾਓ। ਜਦ ਸੜਕ ਟੁੱਟੀ ਹੋਈ ਹੈ ਤਾਂ ਮਹਿੰਗੀ ਤੋਂ ਮਹਿੰਗੀ ਕਾਰ ਵੀ ਨਹੀਂ ਚੱਲ ਸਕਦੀ। ਬਸ ਇਹ ਜਿਹੜੀ ਸੜਕ ਕੀ ਹੈ, ਮਰਿਆਦਾ ਹੈ। ਜੇ ਮਰਿਆਦਾ ਤੁਹਾਡੀ ਠੀਕ ਹੈ, ਫਿਰ ਤਾਂ ਵਾਹਿਗੁਰੂ ਵਾਹਿਗੁਰੂ ਕੀਤਿਆਂ ਹੀ ਪਾਰ ਹੋ ਜਾਣਾ, ਮੂਲ ਮੰਤਰ ਨਾਲ ਵੀ ਪਾਰ ਹੋ ਜਾਣਾ। ਜਿਹੜੇ ਕਹਿੰਦੇ ਅਸੀਂ ਅਨਪੜ੍ਹ ਹਾਂ, ਉਹਨਾਂ ਵਾਸਤੇ ਗੱਲ ਕਰਦਾ, ਬਾਕੀ ਤਾਂ ਜਿਹੜੇ 5 ਬਾਣੀਆਂ ਪੜ੍ਹਨ ਵਾਲੇ, ਰਹਿ ਰਾਸ ਕੀਰਤਨ ਸੋਹਲਾ, ਉਹ ਥੋੜ੍ਹੇ ਨਾਲ ਹੀ ਕੰਮ ਬਣ ਜਾਂਦਾ। ਮਰਿਆਦਾ ਚੀਜ਼ ਵੱਡੀ ਹੈ। ਮਹਾਰਾਜ ਨੇ ਤਾਂਹੀਓ ਕਿਹਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ।